वाहिगुरु जी का खालसा वाहिगुरु जी की फतेह जी। असि खड़े जी फरीदकोट शहर च, अज राजयां दा शहर आ। इस शहर दे विच हरिंदर नगर भी एक जिवें साडे लुधियाणे च सराबा नगर एरिया वा ना, उस तरह एक पूरा पौश एरिया गिणा जांदा है। पर इस पौश एरिए दे विच भी बहुत सारियां जिंदगियां कल्लेपण दा शिकार हो जांदियां। कल्ला अमीर होना सुखी होना नहीं हैगा, अमीर होने का मतलब सुख नहीं हैगा, खुश होने का मतलब गरीब भी है नहीं गा ते अमीर भी है नहीं गा। अज तुहानू एक नौजवान नूं मिलाउने आ जी। असीं पंजाब पुलिस दे विच भर्ती होया 2016 दा नौजवान गुरकमल सिंह। मम्मी दी भी डैथ होगी 2003 च, जदों 7 साल दा सी। पापा दी डैथ होगी हुण अज, बई दसदा भी अज उहदी बरसी आ। अज ही कहिंदा मेरे कोल जेब चक्कर पई आ नहीं, मैं अपने प्यो दी बरसी ते किसे नूं प्रशादा भी छका सकां, मैं आप खुद गुरु घर रोटी खा के आया। जाके पंजाब पुलिस दा मुलाजम आ, इस घर दे विच रह रिहा। 6 फुट कद दा गभरू दा, सानू फोन कीता वीरे ने जिहड़ा पल्लेदारी दा काम करदा सी। मुख्यमंत्री भगवंत सिंह मान ने ओहनू नौकरी दित्ती है। थोड़े दिन पहला ओहदी वीडियो भी वायरल होई सी वीरे दा, ओहदा नां हैगा परमजीत सिंह है ना, ओहदा दोस्त आ बचपन दा है बई, घर दे विच पिया बई, हाकी दा प्लेयर आ ओह बई, इह भी हाकी दा प्लेयर आ बई नैशनल लैवल दा। ਗੁਰਕਮਲ ਆਇਆ ਵੀਰੇ, ਕੀ ਹਾਲ ਨੇ ਬਾਈ? ਇਹ ਵੀਰਾ ਹੈਗਾ ਜੀ ਗੁਰਕਮਲ ਸਿੰਘ, ਕਾਲਾ ਨਾਮ ਆ ਬਾਈ ਦਾ, 6 ਫੁੱਟ ਗੱਭਰੂ, ਪੰਜਾਬ ਪੁਲਿਸ ਦਾ ਜਵਾਨ ਆ ਜੀ। ਦੇਖੋ ਯੂਨੀਫਾਰਮ ਆ ਜਿਹੜੀ ਬਾਈ ਦੀ ਲਟਕਦੀ ਆ ਕਿੱਲੀ ਤੇ। ਬਾਈ ਇੱਥੇ ਕੱਲਾ ਰਹਿ ਰਿਹਾ, ਮਤਲਬ ਕਿ ਕੋਈ ਰਿਸ਼ਤੇਦਾਰ ਭੈਣ ਭਰਾ ਕੋਈ ਵੀ ਨੀ ਹੈਗਾ? ਕੋਈ ਆਉਂਦਾ ਜੀ ਬਾਈ, ਥੋੜਾ ਜਿਹਾ ਸਿਚੁਏਸ਼ਨ ਆਪਦੀ ਉਦੋਂ ਗਲਤ ਕਰ ਲਈ ਹੈ ਨਾ ਜੀ। ਇੱਕ ਜਿਵੇਂ ਕਹਿ ਦਈਏ ਨਸ਼ਿਆਂ ਨਾਲ ਕੱਲਾ ਰਹਿ ਕੇ ਬੰਦਾ ਫਿਰ ਤੁਹਾਨੂੰ ਪਤਾ ਜੀ ਗਲਤ ਸਾਰਾ ਲੈਂਦਾ ਹੈ ਨਾ ਬਈ। ਹੁਣ ਬਟ ਹੁਣ ਮੈਂ ਤੁਹਾਨੂੰ ਸਿਰਫ ਸਹੀ 2.5 ਮਹੀਨੇ ਤੋਂ ਬਿਲਕੁਲ ਬਈ ਜਮਾਂ ਇੱਥੇ ਆਪਣੇ ਬਾਬਾ ਫਰੀਦ ਦਾ ਟਿੱਲਾ, ਮੈਂ 19 ਤਰੀਕ ਦਾ ਇੱਥੇ ਆਇਆ ਬਈ। ਰੋਟੀ ਦੇਖ ਲਓ, ਮੈਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਤੁਰ ਕੇ ਜਾਂਦਾ ਇੱਥੋਂ ਛਾ ਕੇ ਆਉਣਾ, ਨਹੀਂ ਤਾਂ ਕਿਸੇ ਨੇ ਵੀ। ਹਾਂਜੀ ਨਹੀਂ, ਉੱਥੇ ਨਹੀਂ ਗਿਆ ਸੀਗਾ, ਪਹਿਲਾਂ ਆਏ ਸੀ ਬਾਈ, ਕਹਿੰਦੇ ਵੀ ਸ਼ਾਮ ਨੂੰ ਆਵਾਂਗੇ, ਮੈਂ ਤਾਂ ਬੈਠਾ ਸੀ ਵੀ ਸ਼ਾਮ ਨੂੰ ਚਲੋ ਆਵਾਂਗੇ ਬਾਈ ਨੂੰ। ਇਹ ਰਣਜੀਤ ਹੁਣੀ ਤੇ ਅੱਜ ਮੈਂ ਰੋਟੀ ਵੀ ਨਹੀਂ ਖਾਣ ਗਿਆ, ਇਹਨਾਂ ਨੂੰ ਭੇਜਿਆ ਸੀ ਅਸੀਂ ਵੀਰੇ ਉਹਨਾਂ ਨੂੰ। ਹਾਂ ਬਾਈ ਹੋਈ ਆਈ ਸੀ, ਰੋਟੀ ਵੀ ਨਹੀਂ ਖਾਣ ਗਿਆ ਜੀ। ਤਾਂ ਮੈਂ ਕਲੀਅਰ ਕਰਾਂ, ਤੇਰਾ ਦੋਸਤ ਕੀ ਨਾਮ ਉਹਦਾ ਬਾਈ ਦਾ ਜਿਹੜਾ ਪੱਲੇਦਾਰੀ ਕਰਦਾ ਸੀ? ਪਰਮੋ ਪਰਮਜੀਤ। ਪਰਮਜੀਤ ਹੈ ਨਾ, ਹਾਕੀ ਦਾ ਪਲੇਅਰ, ਤੂੰ ਵੀ ਹਾਕੀ ਖੇਡਦਾ ਹੈ ਵੀਰੇ? ਹਾਂਜੀ ਮੈਂ ਨੈਸ਼ਨਲ। ਉਹਨੇ ਬਾਈ ਨੇ ਸਾਨੂੰ ਦੱਸਿਆ ਜਿਹੜਾ ਪਿੱਛੇ ਜੇ ਭਰਤੀ ਹੋਇਆ ਹੈ ਨਾ ਪੰਜਾਬ ਪੁਲਿਸ ਚ ਹੋਇਆ, ਉਹਦੀ ਭਰਤੀ ਉਹਦੀ ਜੇਤੋਂ ਡਿਊਟੀ, ਉਹ ਆ ਨਹੀਂ ਸਕਦਾ ਕਹਿੰਦਾ ਮੈਂ ਹੁਣ। ਅੱਛਾ ਜੀ। ਉਹਨੇ ਬਾਈ ਸਾਨੂੰ ਦੱਸਿਆ ਕੱਲ, ਉਹਨੇ ਕਿਤੇ ਰਾਤ ਤੇਰੀ ਵੀਡੀਓ ਬਣਾਈ ਹੋਈ, ਵੀਡੀਓ ਬਣਾਈ ਸੀ ਉਹ। ਮੈਂ ਅੱਜ ਸਵੇਰੇ ਬਾਈ ਜਦੋਂ ਤੇਰੀ ਵੀਡੀਓ ਦੇਖੀ, ਫਿਰ ਅਸੀਂ ਰਣਜੀਤ ਦੀ ਡਿਊਟੀ ਲਾਈ, ਰਣਜੀਤ ਨੂੰ ਮੈਂ ਕਿਹਾ ਵੀ ਤੂੰ ਜਾ ਕੇ ਆਪ ਦੇਖ ਕੇ ਆ ਮੌਕੇ ਤੇ, ਤੇ ਫਿਰ ਇਹ ਵੀਰ ਨੇ ਆ ਕੇ ਤੈਨੂੰ ਮਿਲਿਆ ਹੈ ਨਾ, ਫਿਰ ਇਹਨੇ ਸਾਨੂੰ ਜੋ ਦੱਸਿਆ ਇਹਨਾਂ ਦਾ ਬਹੁਤ ਕਿਹਾ ਵੀ ਖਾਣਾ ਪੀਣਾ ਤਾਂ ਦੱਸ ਕੁਛ, ਮੈਂ ਥੋੜਾ ਦੱਸ ਹੀ ਨਹੀਂ ਸਕਿਆ, ਉਹ ਥੋੜਾ ਦਿਮਾਗ ਹੀ ਉਹ ਜਾ ਹੋਇਆ ਸੀ ਬਾਈ। ਤੇ ਬਾਈ ਕਹਿਣਾ ਵੀ ਬੋਲਣਾ ਚਾਹਣਾ ਵੀ ਦੇਖੋ ਯਾਰ, ਬੋਲ ਕੇ ਮਾਈਂਡ ਵਾਕਈ ਠੀਕ ਹੋ ਜਾਂਦਾ, ਨਾਲ ਦੇ ਬਰਾਬਰ ਦੇ ਬਾਈਆਂ ਨੂੰ ਦੱਸਾਂਗੇ, ਕਿਸੇ ਨੂੰ ਦੱਸਾਂਗੇ ਹੈ ਨਾ ਬਾਈ। ਹੁਣ ਜੇਲ ਚ ਆਈ, ਉਹਨੇ ਆਪਦੀਆਂ ਗਲਤੀਆਂ ਕੀਤੀਆਂ ਬਾਈ, ਉਹ ਭੁਗਤੀ ਜਾਂਦਾ। ਤੇਰੀ ਡਿਊਟੀ ਕਿੱਥੇ ਆ ਵੀਰੇ? ਮੇਰੀ ਖੰਨੇ ਆ ਬਾਈ ਡਿਊਟੀ ਆਪਣੀ ਪੁਲਿਸ ਲਾਈਨ ਚ। ਪੁਲਿਸ ਲਾਈਨ ਚ? ਹਾਂਜੀ। ਤੇ ਪਾਪਾ ਤੇਰੇ ਵੀਰੇ? ਫਾਦਰ ਸਾਹਿਬ ਜੀ ਉਹ ਪਿਛਲੇ ਸਾਲ ਨਾ ਉਹਨਾਂ ਨੂੰ ਰੰਗ ਦੀ ਪ੍ਰੋਬਲਮ ਹੋ ਗਈ ਸੀ, ਨਹੀਂ ਤੁਹਾਨੂੰ ਪਤਾ ਠੀਕ ਹੈ, ਤੁਹਾਨੂੰ ਪਤਾ ਨਹੀਂ ਆਉਂਦੀ ਪ੍ਰੋਬਲਮ ਠੀਕ ਹੈ ਤੇ ਮੈਂ ਸੁਣਿਆ ਅੱਜ ਦੇ ਦਿਨੀ। ਹਾਂਜੀ ਅੱਜ ਦੇ ਦਿਨੀ ਮੇਰੀ ਡੈਥ ਹੋਈ ਸੀ, ਤੇ ਪਿਛਲੇ ਸਾਲ ਹੁਣ ਅੱਜ ਸਾਲ ਹੋ ਗਿਆ ਪੂਰਾ। ਮੈਂ ਤੁਹਾਨੂੰ ਦੱਸੀ ਨਾ ਗੱਲ ਵੀ ਹਾਂ ਵਾਕਈ ਅੱਜ ਵੇਖ ਲਓ ਮੇਰੇ ਕੋਲ ਉਹ ਵੀ ਕੋਈ ਚੀਜ਼ ਆਣੀ ਵੀ ਉਹਨਾਂ ਦੀ ਕੋਈ ਸੈਲੀਬ੍ਰੇਟ ਹੀ ਕਰ ਲਾ, ਬਟ ਕੀ ਆਪਦੇ ਮਾਈਂਡ ਨੂੰ ਸਮਝਾ ਲੈਂਦਾ, ਇੰਨਾ ਕੁ ਪੋਜ਼ਿਟਿਵ ਹੋ ਗਿਆ ਮਾਈਂਡ ਬਾਈ ਵੀ ਕਿਤੇ ਵਾਕਈ ਯਾਰ ਮਨੁੱਖਤਾ ਨਾਲ ਚੱਲ ਯਾਰ। ਅਸੀਂ ਤੇਰੇ ਭਰਾ ਬਣ ਕੇ ਆਏ ਇੱਥੇ, ਉਹ ਤਾਂ ਤੂੰ ਮੇਰਾ ਛੋਟਾ ਭਾਈ ਹੈ ਬਾਈ। ਹਾਂਜੀ ਹਾਂਜੀ ਬਾਈ, ਔਕਾਤ ਨੀ ਸੀ ਨਾ ਹੈ ਸੀ, ਅਸੀਂ ਇੰਨੇ ਵੀ ਅਸੀਂ ਕਿਸੇ ਦੀ ਮਦਦ ਕਰ ਸਕੀ ਤਾਂ ਖੁਦ ਮੰਗਦੇ ਸੀ, ਪਰ ਮਹਾਰਾਜ ਸੱਚ ਪਾਤਸ਼ਾਹ ਨੇ ਡਿਊਟੀ ਲਾਈ ਹੈ ਵੀ ਅਸੀਂ ਸੁਪਨਿਆਂ ਦੇ ਘਰ ਤੋਂ ਆਏ। ਹਸਨਪੁਰ ਪਿੰਡ ਆ, ਮਨੁੱਖਤਾ ਦੀ ਸੇਵਾ ਪਰਿਵਾਰ ਆ ਸਾਡਾ, ਉੱਥੇ ਕਰੀਬ 550 ਮੈਂਬਰ ਇੰਨੇ ਅਸੀਂ ਪਰਿਵਾਰ ਚ। ਉੱਥੇ ਵੀਰੇ ਤੂੰ ਸਾਡੇ ਨਾਲ ਰਹਿ ਕੇ ਦੇਖ, ਤੈਨੂੰ ਹੁਣ ਬਿਮਾਰੀ ਕੀ ਆ,
जिथे मर्जी खड़ा ला ड्यूटी तो नहीं भजदा मैं सर मेनु इन जो भी पैसे तो बी दो तीन महीने में हम दोबारा महीना भी ड्यूटी ते गया मे च ठीक है ਕੀ ਉੱਥੇ ਐਵੇਂ ਦਿਮਾਗ ਚ ਪਤਾ ਨੀ ਕੀ ਆਈ ਆਪਣੇ ਦਰਾਹੇ ਤੁਸੀਂ ਦੇਖਿਆ ਨਾ ਪਿੰਡੀ ਪੰਜਾਂ ਪੀਰਾਂ ਦਾ ਡੇਰਾ ਉੱਥੇ ਚਲਾ ਗਿਆ ਦੋ ਮਹੀਨੇ ਮੈਂ ਉੱਥੇ ਦਿਲਵਾਈ ਦਿਮਾਗ ਚ ਨੈਗੇਟਿਵ ਚੱਲੀ ਜਾਂਦਾ ਨੈਗੇਟਿਵ ਚੱਲੀ ਜਾਂਦਾ ਦੋ ਤਿੰਨ ਮਹੀਨਿਆਂ ਤੋਂ ਬਈ ਜਾਣ ਨੂੰ ਜੀ ਨੀ ਕਰਦਾ ਸਾਡਾ ਕਾਲੇ ਵੀਰ ਇੱਥੇ ਆਉਣ ਦਾ ਵੀ ਕਾਰਨ ਇਹੀ ਰਿਹਾ ਮੈਨੂੰ ਜਦੋਂ ਪਤਾ ਲੱਗਿਆ ਨਾ ਵੀ ਤੇਰੇ ਦਿਮਾਗ ਚ ਨੈਗੇਟਿਵ ਚੱਲ ਰਿਹਾ ਮੈਂ ਕਿਹਾ ਵੀ ਆਪਾਂ ਤੁਰੰਤ ਹੀ ਜਾਣਾ ਅਸੀਂ ਸਾਡੇ ਕੋਲੇ ਹੋਰ ਬਹੁਤ ਸਾਰੇ ਭਰਾਵਾਂ ਦੀਆਂ ਵੀਡੀਓ ਆਉਂਦੀਆਂ ਅਸੀਂ ਮਦਦ ਨਹੀਂ ਕਰ ਪਾਉਣ ਸਾਡੇ ਕੋਲ ਜਗ੍ਹਾ ਬਹੁਤ ਘੱਟ ਆ ਹਨਾ ਜਦੋਂ ਸਾਨੂੰ ਪਤਾ ਲੱਗਿਆ ਤੇਰਾ ਮੈਂ ਕਿਹਾ ਵੀ ਇਹ ਬੰਦਾ ਨੈਗੇਟਿਵ ਆ ਨੈਗੇਟਿਵਿਟੀ ਚ ਕੋਈ ਬੰਦਾ ਗਲਤ ਵੀ ਕਦਮ ਉਠਾ ਲੈਣਾ ਪਤਾ ਨੀ ਦਿਮਾਗ ਕਿੱਧਰ ਨੂੰ ਚਲੇ ਜਾਣਾ ਇਕੱਲਾ ਪਿਆ ਇੱਥੇ ਹਨਾ ਬੰਦੇ ਦੇ ਦਿਮਾਗ ਚ ਕੋਈ ਇਹੋ ਜਿਹੀ ਗੱਲ ਆ ਜਾਵੇ ਪੁੱਠੀ ਮਤਲਬ ਢਾਬੇ ਮਨੁੱਖਤਾ ਦੀ ਸੇਵਾ ਦੇ ਵਿਚ 2016 ਚ ਜਾ ਕੇ ਭਰਤੀ ਹੋਈ ਹੈ ਮਹਾਰਾਜ ਨੇ ਸਾਨੂੰ ਵੀ ਉਹਨਾਂ ਦਿਨਾਂ ਦੇ ਵਿਚ ਹੀ ਇਸ ਡਿਊਟੀ ਤੇ ਲਾਇਆ ਪਰ ਅੱਜ ਪਹਿਲਾਂ ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਸ ਵੀਡੀਓ ਨੂੰ ਪਲੀਜ਼ ਪੋਜ਼ਿਟਿਵ ਵੇ ਨਾਲ ਦੇਖਿਓ ਸੋਚਿਓ ਜ਼ਰੂਰ ਵੀ ਅਸੀਂ ਲੱਖਾਂ 'ਚ ਵੀ ਕਿਵੇਂ ਇਕੱਲੇ ਰਹਿ ਜਾਂਦੇ ਹਾਂ ਸਾਡੇ ਘਰ ਦੇ ਵਿੱਚ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਤੇ ਅਸੀਂ ਕਿੰਨੇ ਰੋਨੇ ਕਰਲਾਉਂਦੇ ਹਾਂ ਭਾਵਕ ਹੁੰਦੇ ਹਾਂ ਪੈਟ ਸਿਆਪਾ ਹੁੰਦਾ ਘਰ ਦੇ ਵਿੱਚ ਹਨਾ ਬੁੜੀਆਂ ਕਿਵੇਂ ਰੋਂਦੀਆਂ ਕਾਰਨ ਕੀ ਹੁੰਦਾ ਵੀ ਉਹ ਭੜਾਸ ਕੱਢਣੀ ਹੁੰਦੀ ਹੈ ਮਨ ਦੀ ਜਿਹਦੇ ਨਾਲ ਇੱਕ ਜੁੜਿਆ ਹੁੰਦਾ ਅੰਦਰੋਂ ਬੰਦਾ ਦਿਲ ਤੋਂ ਉਹਦੇ ਦਰਦ ਆ ਜਿਹੜਾ ਉਹ ਬਿਆਨ ਕਰਨਾ ਹੁੰਦਾ ਤੇ ਜੇ ਘਰ ਦੇ ਵਿੱਚ ਮੌਤ ਹੋਈ ਹੋਵੇ ਤੇ ਘਰ ਦਾ ਧੀ ਪੁੱਤ ਜਾਂ ਮੇਨ ਮੈਂਬਰ ਰੋਵੇ ਨਾ ਤੇ ਆਪਾਂ ਕਹਿੰਦੇ ਵੀ ਇਹਨੂੰ ਰਵਾਓ ਕਿਸੇ ਤਰੀਕੇ ਕਿਤੇ ਇਹਦੇ ਅੰਦਰ ਨਾ ਕਿਤੇ ਦੁੱਖ ਬਹਿ ਜਾਵੇ ਤੇ ਇਹ ਉਹੀ ਸੇਮ ਗੱਲ ਕਾਲੇ ਵੀਰ ਨਾਲ ਹੋਈ ਆ ਗੁਰਕਮਲ ਸਿੰਘ ਨਾਲ ਹੋਈ ਆ ਮਾਂ ਤਾਂ ਨਿੱਕੇ ਜਿਹੇ ਹੁੰਦਿਆਂ ਦੀ ਚਲੇ ਗਈ 7 ਸਾਲ ਦਾ ਸੀਗਾ ਅੱਜ ਬਾਪ ਨੂੰ ਗਏ ਨੂੰ 1 ਸਾਲ ਹੋ ਗਿਆ ਬਾਈ ਕਹਿੰਦਾ ਅੱਜ ਬਰਸ਼ੀ ਕਹਿੰਦਾ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਵੀ ਮੈਂ ਕਿਸੇ ਨੂੰ ਆਪਣੇ ਬਾਪ ਦੀ ਯਾਦ ਦੇ ਵਿੱਚ ਪ੍ਰਸ਼ਾਦਾ ਵੀ ਛਕਾਇਆ ਵਾ ਮੈਂ ਤਾਂ ਆਪ ਖੁਦ ਗੁਰਦੁਆਰੇ ਛੱਕ ਕੇ ਆਇਆ ਕਿਉਂਕਿ ਕੋਈ ਮੋਢੇ ਤੇ ਹੱਥ ਰੱਖ ਕੇ ਕਹਿਣ ਵਾਲੇ ਹੈ ਨੀ ਕਾਲਿਆ ਕੀ ਗੱਲ ਹੋ ਗਈ ਫਿਕਰ ਕਿਉਂ ਕਰਦਾ ਸੀ ਤੇਰੇ ਨਾਲ ਆ ਦੇਖੋ ਨਾਨਕੇ ਹੁੰਦੇ ਆ ਦਾਲਕੇ ਹੁੰਦੇ ਆ ਹਨਾ ਕਿੱਡਾ ਵੱਡਾ ਦੋ ਨਾਮ ਆ ਜਿਹਦੇ ਪਿੱਛੇ ਇੱਕ ਪੂਰਾ ਮਤਲਬ ਇੱਕ ਲੜੀ ਲੱਗੀ ਪਈ ਹੁੰਦੀ ਰਿਸ਼ਤੇਦਾਰੀਆਂ ਦੀ ਮਾਮਿਆਂ ਵਾਲੇ ਪਾਸੇ ਨਾਨਕੇ ਵਾਲੇ ਪਾਸਿਓਂ ਗੱਲ ਕਰ ਲਈਏ ਨਾਨਾ ਨਾਨੀ ਮਾਮਾ ਮਾਮੀ ਮਾਸੀ ਮਾਸੜ ਕਿੰਨੇ ਰਿਸ਼ਤੇ ਅੱਗੇ ਫਿਰ ਦਾਦਕਿਆਂ ਵਾਲੇ ਪਾਸੇ ਲਾ ਲਈਏ ਚਾਚੇ ਤਾਏ ਭੂਆ ਹਨਾ ਮਤਲਬ ਫੁੱਫੜ ਕਿੰਨੇ ਰਿਸ਼ਤੇ ਹੁੰਦੇ ਆ ਅੱਜ ਦੇ ਸਮੇਂ ਦੇ ਵਿੱਚ ਇੱਕ ਇਨਸਾਨ ਇੰਨਾ ਇਕੱਲਾ ਕਿਵੇਂ ਰਹਿ ਸਕਦਾ ਕਿਵੇਂ ਇਕੱਲਾ ਰਹਿ ਜਾਵੇ ਜਿਹਦੇ ਪਰਿਵਾਰ ਦੇ ਵਿੱਚ ਸਾਰਾ ਕੁਛ ਹੋਣ ਦੇ ਬਾਵਜੂਦ ਕੁਦਰਤ ਦੀ ਮਾਰ ਪੈ ਗਈ ਮਾਂ ਛੋਟੇ ਹੁੰਦਿਆਂ ਨੂੰ ਹਾਰਟ ਅਟੈਕ ਨਾਲ ਬਾਈ ਕਹਿੰਦਾ ਚੜਾਈ ਕਰ ਗਈ ਬਾਪ ਨੂੰ ਦਰੰਗ ਹੋ ਗਿਆ ਅੱਜ ਤੋਂ 1 ਸਾਲ ਪਹਿਲਾਂ ਅੱਜ ਦੇ ਦਿਨ ਹੀ ਚੜਾਈ ਕਰ ਗਿਆ ਹੁਣ ਭਰਾ ਜੇਲ ਚ ਬੈਠਾ ਕਿਸੇ ਆਪਦੀ ਗਲਤੀ ਨਾਲ ਬਾਈ ਕਹਿੰਦਾ ਬੈਠਾ ਬਾਈ ਪੰਜਾਬ ਪੁਲਿਸ ਜੋਬ ਕਰਦਾ ਹੁਣ ਪਿਛਲੇ ਕਰੀਬ 1.5 ਸਾਲ ਤੋਂ ਇਹ ਵੀ ਇਹਨਾਂ ਸਮੱਸਿਆਵਾਂ ਦੇ ਵਿੱਚ ਘਿਰ ਗਿਆ ਕਿਉਂਕਿ ਪਾਪਾ ਦੀ ਡੈਥ ਤੋਂ ਬਾਅਦ ਇਕੱਲਾ ਰਹਿ ਗਿਆ ਫਿਰ ਅੱਜ ਦਾ ਪੰਜਾਬ ਦੇ ਨੌਜਵਾਨਾਂ ਨੂੰ ਮਤਲਬ ਇਸ ਤਰ੍ਹਾਂ ਦੀ ਇੱਕ ਘੁਣ ਵਾਂਗ ਬਿਮਾਰੀ ਲੱਗੀ ਹੋਈ ਹੈ ਜਿਹੜੀ ਉਹ ਬਿਮਾਰੀ ਨੇ ਸਾਨੂੰ ਬਹੁਤ ਹੀ ਅੰਦਰ ਤੱਕ ਝੰਜੋੜ ਕੇ ਰੱਖਿਆ ਪਿਆ ਵਾ ਪਰ ਇਹ ਵੀਰੇ ਦੀ ਅਸੀਂ ਅੱਜ ਹੈਲਪ ਲਈ ਨਹੀਂ ਪਹੁੰਚੇ ਅਸੀਂ ਇੱਕ ਸੁਨੇਹਾ ਦੇਣ ਲਈ ਪਹੁੰਚਿਆ ਤੁਹਾਨੂੰ ਸਾਰਿਆਂ ਨੂੰ ਦੇਖੋ ਆਹ ਹਰਿੰਦਰਾ ਨਗਰ ਪੌਸ਼ ਏਰੀਆ ਵਾ ਅਸੀਂ ਇੱਥੇ ਆਏ ਹਾਂ ਵੀਰੇ ਤੁਸੀਂ ਅੱਗੇ ਆ ਜਾਓ ਮਾੜਾ ਅਸੀਂ ਇੱਥੇ ਆਏ ਹਾਂ ਆ ਜਾਓ ਨੈਗੇਟਿਵ ਵੀਰੇ ਅੱਗੇ ਨਹੀਂ ਆ ਜਾਓ ਵੀ ਅੱਗੇ ਆ ਜਾਓ ਆ ਸਾਡੇ ਆਉਣ ਤੇ ਆ ਵੀਰੇ 5-7 ਬੰਦੇ ਵੀਰ ਸਾਡੇ ਨਾਲ ਆ ਕੇ ਖੜ ਗਏ ਅਸੀਂ 1.5 ਘੰਟਾ ਹੋ ਗਿਆ ਉਹ ਕਰੀਬ ਵੀਰਾ ਘਰੇ ਹੈ ਨੀ ਸੀ ਪਹਿਲਾਂ ਅਸੀਂ ਬਾਜ਼ਾਰ ਚ ਲੱਭ ਕੇ ਆਏ ਮੋਟਰਸਾਈਕਲ ਵੀ ਉਹਨਾਂ ਨੇ ਦਿੱਤੇ ਸਾਨੂੰ ਸਾਰੇ ਪਾਸੇ ਘੁੰਮ ਕੇ ਆਏ ਤਾਂ ਸਾਡੇ ਚਲੋ ਫੋਨ ਆ ਗਿਆ ਪਿੱਛੋਂ ਵੀ ਆ ਗਿਆ ਵੀਰਾ ਘਰੇ ਹਨਾ ਮਤਲਬ ਦੇਖੋ ਬੰਦੇ ਮਦਦ ਕਰਨ ਨੂੰ ਭੱਜਦੇ ਨੀ ਬਹੁਤ ਨੇ ਪਰ ਇੱਕ ਆਵਾਜ਼ ਦੇਣੀ ਇੱਕ ਉੱਠ ਕੇ ਖੜਾ ਹੋਣਾ ਇੱਕ ਹੱਥ ਇਸ ਤਰ੍ਹਾਂ ਮੋਢੇ ਤੇ ਰੱਖਣ ਵਾਲਾ ਹੱਥ ਤਾਂ ਕੋਈ ਅੱਗੇ ਵਧੇ ਨਾ
ਕੋਈ ਤਾਂ ਹੋਵੇ ਹੁਣ ਵੀਰੇ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਏਦਾਂ ਦੀ ਕੋਈ ਸਮੱਸਿਆ ਵੀ ਚੱਲ ਰਹੀ ਹੈ ਵੀ ਵੀਰਾ ਰੋਜ਼ ਮਿਲਦਾ ਸਤਿ ਸ੍ਰੀ ਅਕਾਲ ਬੁਲਾ ਕੇ ਨਿਕਲਦਾ ਹੀ ਸਾਨੂੰ ਬਾਈ ਉਹਦੇ ਰਿਸਪੈਕਟ ਕਰਦੇ ਹੀ ਹਰ ਰੋਜ਼ ਬਹੁਤ ਵੱਡੇ ਨੇ ਆਪਣੇ ਦੋਈ ਅੰਦਰ ਵੀਰੇ ਦੇ ਕੀ ਤੂਫਾਨ ਚੱਲੀ ਜਾ ਰਿਹਾ ਇਸ ਘਰ ਦੇ ਵਿੱਚ ਅੰਦਰ ਆ ਕੇ ਪਤਾ ਲੱਗਦਾ ਨਾ ਆ ਜਾ ਕਮਲ ਦੇਖੋ ਆ ਘਰ ਆ ਬਾਈ ਦਾ ਜਿੱਥੇ ਕਿਸੇ ਟਾਈਮ ਅਸੀਂ ਅਕਸਰ ਆਪਣੀ ਵੀਡੀਓ ਚ ਹੈ ਨਾ ਗੱਲ ਕਰਦੇ ਹਾਂ ਕਾਲਾ ਬਰਾੜ ਲਿਖਿਆ ਬਾਈ ਦੇ ਹਨਾ ਆਈਡੀ ਦਾ ਨਾਮ ਆਪਣੇ ਆਪ ਦੇ ਵਿੱਚ ਹੀ ਕਾਲਾ ਬਰਾੜ ਇੱਕ ਮੈਨੂੰ ਡਿਗਨਿਟੀ ਆ ਨਾ ਕਹਿੰਦੇ ਵੱਡਾ ਬਰਾੜ ਮਤਲਬ ਬਰਾੜ ਹੀ ਕਰਦੇ ਆਪ ਦੇ ਵਿੱਚ ਬਾਈ ਇੱਕ ਅਹੁਦਾ ਵਾ ਏਡਾ ਵੱਡਾ ਗੋਤ ਹੈ ਹਨਾ ਪਰ ਅੱਜ ਬਾਈ ਦੇ ਘਰ ਦੀ ਗੱਲ ਕਰੀਏ ਇਸ ਘਰ ਚ ਜਦੋਂ ਇਹ ਜੰਮੇ ਹੋਣੇ ਆ ਸਿਹਰੇ ਵੱਜੇ ਹੋਣੇ ਆ ਢੋਲ ਵੱਜੇ ਹੋਣੇ ਆ ਗੁੜ ਵੰਡਿਆ ਹੋਊ ਦੂਸਰੇ ਨੱਚੇ ਹੋਣੇ ਆ ਮੈਂ ਅਕਸਰ ਗੱਲ ਕਰਦੇ ਹਾਂ ਅਸੀਂ ਜਦੋਂ ਵੀ ਕਿਸੇ ਦੇ ਘਰ ਜਾਂਦੇ ਹਾਂ ਹਨਾ ਪਰ ਅੱਜ ਇਸ ਘਰ ਦੀ ਹਾਲਤ ਤੁਸੀਂ ਦੇਖੋ ਕੀ ਹੋਈ ਪਈ ਹੈ ਨਾ ਆ ਦੇਖੋ ਆ ਕਮਰੇ ਦੇ ਵਿੱਚ ਮਤਲਬ ਦੇਖੋ ਆ ਬਾਪੂ ਸਰਦਾਰ ਜਗਦੇਵ ਸਿੰਘ ਹਨਾ ਸਵਰਗਵਾਸੀ ਸਰਦਾਰ ਜਗਦੇਵ ਸਿੰਘ 1 ਮਈ 2050 ਤੇ 6 ਸਪਤੰਬਰ 2022 ਅੱਜ 6 ਤਰੀਕ ਹੀ ਹੈ ਬਾਈ ਦੇਖੋ 6 ਤਰੀਕ ਅੱਜ ਬਰਸੀ ਸੀ ਬਾਪੂ ਦੀ ਦੇਖੋ ਮਹਾਰਾਜ ਨੇ ਸਾਨੂੰ ਵੀ ਅੱਜ ਦਾ ਨੀ ਭੇਜਿਆ ਬਾਪੂ ਦੀ ਬਰਸੀ ਤੇ ਯਾਰ ਬਾਈ ਸੱਚੀਆਂ ਦਾ ਕੋਈ ਐਕਸੀਡੈਂਟ ਨੀ ਬਾਈ ਬੇਬੇ ਦੀ ਫੋਟੋ ਬਾਪੂ ਜਗਦੇਵ ਸਿੰਘ ਅੱਜ ਦੇ ਦਿਨ ਇਸ ਦੁਨੀਆਂ ਤੋਂ ਚਲਾ ਗਿਆ ਸੀ ਸਾਨੂੰ ਪਤਾ ਨੀ ਸੀ ਅਸੀਂ ਬਾਈ ਅੱਜ ਹੀ ਆਉਣਾ ਸੀ ਦੇਖ ਲਾ ਮਹਾਰਾਜ ਨੇ ਕਿੱਦਾਂ ਆਹ ਪ੍ਰਾਪਤੀ ਦੇ ਲੋਕਾਂ ਦੇ ਬੈਡ ਲਾਇਆ ਕੀ ਇਹਨਾਂ ਨੂੰ ਡਰਾਈਵਰੀ ਦਾ ਕੋਰਸ ਵੀ ਕੀਤਾ ਹੋਇਆ ਦੇਖ ਲੋ ਜੀ ਆਹ ਮੇਰੀ ਪਾਸਿੰਗ ਆਊਟ ਦੀ ਜਦੋਂ ਪਾਸ ਬਾਈ ਦਾ ਕੱਦ ਕਾਠ ਆ ਬਾਈ ਹਨਾ ਹਾਂਜੀ ਉਹ ਹਾਂਜੀ ਆਹ ਫੋਟੋ ਪਿੱਕ ਆਈ ਮੇਰੀ ਉਦੋਂ ਬਹੁਤ ਅਗਲੇ ਸੀ ਇਹ ਮੇਰੀ ਪਾਸਿੰਗ ਆਊਟ ਦੀ ਫੋਟੋ ਬਾਈ ਦੇ ਲੋ ਆਈ ਬਸ ਸਵਾਲ ਜਦੋਂ ਕਿਹਨੇ ਕਰਨੀ ਹੈ ਬਈ ਆਪਦੀ ਸਵਾਲ ਨਹੀਂ ਹੈਗੀ ਤਾਂ ਕਿਸੇ ਦੀ ਸੰਭਾਲਾਂ ਨਹੀਂ ਜਾਣ ਬਾ ਰੱਬਾ ਇਹ ਪਾਸਿੰਗ ਆਊਟ ਟ੍ਰੇਨਿੰਗ ਜਾਣ ਕੇ ਲਾ ਦੋ ਕੀਤੀ ਸੀ ਕਿਹੜਾ ਬਾਈ ਯਾਰ ਜੀ ਨਹੀਂ ਪਾਹੀ ਆਈਡੀ ਮੇਰੀ ਪੁਰਾਣੀਆਂ ਪਿਕਸ ਦੇ ਸਕਦੇ ਹੋ ਵੀ ਬਹੁਤ ਵਧੀਆ ਰਹੇ ਆ ਵੀ ਕੋਈ ਇਹੋ ਜਿਹਾ ਨਹੀਂ ਹੁੰਦਾ ਸੀ ਵੀ ਕਦੇ ਮਨ ਚ ਨਹੀਂ ਆਇਆ ਸੀਗਾ ਜੀ ਵੀ ਅਫਸਰ ਬਾਈ ਕਾਲੇ ਬਾਈ ਇਹ ਗਲਤੀ ਮਤਲਬ ਤੇਰੀ ਨਹੀਂ ਸਾਡੇ ਅੱਜ ਦੇ ਸਮਾਜ ਦੀ ਗਲਤੀ ਆ ਵੀ ਜਿਹੜਾ ਬੰਦੇ ਨੂੰ ਕੱਲਾ ਛੱਡ ਕੇ ਪਰੇ ਹੋਣ ਲੱਗੇ ਮਿੰਟ ਲਾਉਂਦੇ ਨੇ ਲੋਕ ਹਨਾ ਦੇਖੋ ਬਾਈ ਦੁੱਖ ਤਕਲੀਫ ਤਾਂ ਕਿਸੇ ਤੇ ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ ਤੇਰੇ ਤੇ ਆ ਗਿਆ ਫਿਰ ਨਾਲ ਸੋਈ ਹੁੰਦੀ ਸੀ ਦੇ ਲੋਕ ਕੁਛ ਵੀ ਨਹੀਂ ਚਲੋ ਮੈਂ ਗਲਤੀਆਂ ਕੀਤੀਆਂ ਦੇਖੋ ਬਾਈ ਇੱਥੇ ਸਮਾਨ ਜਿਹੜਾ ਆਪ ਵੀ ਵਿੱਚ ਆ ਉਹ ਵੀ ਮੈਂ ਤੁਹਾਨੂੰ ਗਲਤੀ ਦੱਸਣਾ ਚਾਹੁੰਦਾ ਵੀ ਹਰੇਕ ਹੀ ਦੱਸਣਾ ਵਧੀਆ ਹੁਣ ਮੌਕਾ ਜਿਹੜਾ ਇਹਦੇ ਬੈੱਡ ਬੁੱਡ ਸੀਗੇ ਸਾਰਾ ਕੁਛ ਆਪ ਹੀ ਵੇਚਤਾ ਵੇਚਤਾ ਬਾਈ ਜਦੋਂ ਮੈਂ ਗਲਤ ਪਾਸੇ ਹੋਣਾ ਬਾਈ ਉਹ ਦੇਖਦੇ ਰਹੇ ਬਈ ਉਦੋਂ ਫਿਰ ਬਈ ਸਹੀ ਬੰਦਾ ਹੀ ਬੁਲਾਉਣ ਹਟ ਜਾਂਦਾ ਨਾ ਬਾਈ ਵੀ ਉਹਨੂੰ ਕੀ ਮੂੰਹ ਬੁਲਾਉਣ ਬਈ ਅਗਲੇ ਅਗਲਿਆਂ ਦੇ ਆਪਦੇ ਕੰਮ ਕਰਨੇ ਯਾਰ ਸਹੀ ਬੰਦਾ ਸਹੀ ਨੂੰ ਬੁਲਾਊਗਾ ਬਾਈ ਇੱਥੇ ਰਹਿਣਾ ਕਾਲੇ ਬਾਈ ਤੂੰ ਮੰਨ ਰਿਹਾ ਸਾਨੂੰ ਸੱਚੀ ਗੱਲ ਨਹੀਂ ਸੀ ਪਤਾ ਤੇਰੀ ਸਾਨੂੰ ਨਹੀਂ ਸੀ ਪਤਾ ਸਾਨੂੰ ਤੇ ਇਦਾਂ ਸੀ ਤੂੰ ਮੈਂਟਲੀ ਪ੍ਰੋਬਲਮ ਜਾਂ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਤੂੰ ਸਾਨੂੰ ਗਲਤ ਰਾਹ ਤੇ ਚਲਾ ਗਿਆ ਸੀਗਾ ਪਰ ਹੁਣ ਤੇਰੀ ਇੱਥੇ ਆਸੇ ਪਾਸੇ ਦੇ ਲੋਕਾਂ ਨੇ ਇਹ ਵੀ ਗੱਲ ਹੋਈ ਸਾਡੀ ਵੀ ਹੁਣ ਇਹ ਪਿਛਲੇ ਕਈ ਮਹੀਨੇ ਤੋਂ ਡੈਡੀ ਦੀ ਡੈਥ ਤੋਂ ਬਾਅਦ ਇਹ ਮਤਲਬ ਇਕਦਮ ਹੀ ਇਹਨੇ ਮਤਲਬ ਸਾਰਾ ਕੁਛ ਛੱਡਤਾ ਤੇ ਦਿਮਾਗੀ ਟੈਨਸ਼ਨ ਚਲਾ ਗਿਆ ਬਹੁਤ ਜ਼ਿਆਦਾ ਡੀਪ ਬੈਠਾ ਕਿਸੇ ਕੋਲੇ ਕਿਸੇ ਨੂੰ ਦੱਸੂਗਾ ਕੋਈ ਵਾਕਈ ਬਈ ਉਹ ਨਾਰਮਲ ਹੋ ਜਾਂਦੀ ਕੋਈ ਸੁਣਨ ਵਾਲਾ ਕੋਈ ਹੈ ਨੀ ਕਿਹਦੇ ਨਾਲ ਗੱਲ ਕਰਾਂ ਕੋਈ ਮੇਰੇ ਕੋਲ ਮੋਬਾਈਲ ਫੋਨ ਹੈਗਾ ਵਿੱਚ ਸਿਮ ਨੀ ਹੈਗਾ ਜੀ ਕੰਮ ਵੀ ਇੱਕ ਬੇਫਾਲਤੂ ਆਪਦੇ ਆਪ ਨੂੰ ਵੀ ਇਕੱਲਾ ਰੱਖ ਰਿਹਾ ਵਾਕਈ ਅੱਜ ਸਮਝ ਆਉਂਦੀ ਵੀ ਬਸ ਕਰ ਇਸ ਤੋਂ ਵੱਧ ਫਿਰ ਤੇ ਸ਼ਾਇਦ ਕਾਲੇ ਬਾਈ ਉਹ ਵਾਹਿਗੁਰੂ ਨੇ ਨਾ ਸੱਚੇ ਪਾਤਸ਼ਾਹ ਨੇ ਸ਼ਤਾ ਹੀ ਸਾਨੂੰ ਬਹੁਤ ਚਾਹੀ ਵੀ ਇੱਕ ਚੀਜ਼ ਚਲੋ ਆਪਾਂ ਅਸੀਂ ਆਏ ਨਹੀਂ ਬਾਈ ਸਾਨੂੰ ਭੇਜਿਆ ਗਿਆ ਉਹ ਮਹਾਰਾਜ ਨੇ ਕਾਲ ਪੁਰਖ ਨੇ ਸਹੀ ਗੱਲ ਹੀ ਕਹਿ ਦੀ ਆਪਾਂ ਵੀ ਉਹਨਾਂ ਨੇ ਭੇਜਿਆ ਜੀ ਆ ਜਾ ਕਾਲੇ ਉਧਰ ਦੇਖੋ ਬਾਈ ਦੀਆਂ ਗੱਲਾਂ ਮਤਲਬ ਸ਼ਾਇਦ ਕਿਸੇ ਦੇ ਸਮਝ ਚ ਆਉਂਦੀਆਂ ਹੋਣ ਨਾ ਆਉਂਦੀਆਂ ਹੋਣ ਵਰਦੀ ਆ ਪੁਰਾਣੀ ਬਈ ਟ੍ਰੇਨਿੰਗ ਵਾਲੀ ਨਾ ਯੂਨੀਫਾਰਮ ਨਵੀਂ ਵਰਦੀ ਆ ਬਈ ਦੇ ਸਰਦੀਆਂ ਵਾਲੀ ਆ ਹਨਾ ਠੰਡ ਵਾਲੀ ਆ ਬਈ ਠੰਡ ਵਾਲੀ ਆ ਤੇ ਆ ਰਸੋਈ ਹੁੰਦੀ ਇੱਧਰ ਆ ਬਾਈ ਦੱਸਦਾ ਵੀ ਸਾਡੀ ਰਸੋਈ ਹੁੰਦੀ ਸੀ ਇੱਥੇ ਦੁੱਧ ਮੱਖਣ ਹਨਾ ਕਿਵੇਂ
ਭਰੇ ਪਏ ਹੁੰਦੇ ਹੋਣੇ ਕਿਤੇ ਜਦੋਂ ਇਸ ਘਰ ਦੀ ਮਾਲਕਣ ਹਨਾ ਆ ਜਾ ਗਾਲੀ ਹਾਂਜੀ ਹਾਂਜੀ ਕੰਧਾਂ ਤੇ ਕਾਲਾ ਬਰਾੜ ਕਿੰਨੀਆਂ ਥਾਵਾਂ ਤੇ ਲਿਖਿਆ ਹੋਇਆ ਕਾਲੇ ਆਪ ਨੂੰ ਬਈ ਤੇ ਨਹੀਂ ਬਾਈ ਕੋਈ ਗੱਲ ਨੀ ਭਰਾ ਸ਼ਰਮਿੰਦਾ ਨੀ ਹੋਣ ਵਾਲੀ ਗੱਲ ਇਹਦਾ ਮਤਲਬ ਇੱਕ ਲੋਕਾਂ ਨੂੰ ਪਤਾ ਸ਼ਾਇਦ ਕੋਈ ਹੋਰ ਕਾਲਾ ਬਜ ਜਾਵੇ ਦੁਨੀਆਂ ਚ ਉਹ ਤਾਂ ਆਇਆ ਬਈ ਇਹ ਵੱਡਾ ਕਮਰਾ ਸੀ ਸਾਰੇ ਨਾਲ ਪੁਰਾਣਾ ਕਮਰਾ ਹੁੰਦਾ ਸੀ ਆਪਣੇ ਮੈਂ ਇਹੀ ਠੀਕ ਕਰਾਇਆ ਦੇ ਲਓ ਬਾ ਹੋਰ ਕੁਛ ਨੀ ਇੰਨਾ ਕਿਨੂੰ ਵਧੀਆ ਕਰਤਾ ਠੰਡਾ ਲੱਗਦਾ ਇੱਥੇ ਆ ਕੇ ਠੀਕ ਆ ਵੀ ਤਿਆਰ ਕਰਤਾ ਕੁਛ ਤਾਂ ਹੁੰਦਾ ਉਸ ਲਈ ਵੀ ਤਿਆਰ ਹੋਇਆ ਕੁਛ ਵੀ ਚਲੋ ਮੈਂ ਕੁਛ ਤਾਂ ਬਣਾਇਆ ਹਨਾ ਆਹੋ ਚਲੋ ਕਿਤੇ ਤਾਂ ਜਾ ਕੇ ਰੁਕੇ ਹੀ ਘਰ ਦੇ ਹਨਾ ਪੇਟੀਆਂ ਅਲਮਾਰੀਆਂ ਬਾਈ ਦੱਸਦਾ ਵੀ ਮੈਂ ਸਭ ਆਪ ਹੀ ਖਰਾਬ ਕਰ ਲਿਆ ਮੇਰੇ ਕੱਪੜੇ ਆ ਬਾਈ ਪੁਰਾਣੇ ਠੰਡ ਠੁੰਡ ਦੇ ਵਾਲੇ ਤੈਨੂੰ ਹੌਸਲਾ ਦੇਣ ਲਈ ਪਰ ਅੱਜ ਕਾਲੇ ਬਾਈ ਦੀ ਜਿੰਦਗੀ ਨੂੰ ਤੁਹਾਡੇ ਨਾਲ ਬਿਆਨ ਕਰਦਿਆਂ ਹੋਇਆ ਸਾਨੂੰ ਆਪਣੇ ਆਪ ਤੇ ਵੀ ਅਕਸਰ ਅਸੀਂ ਗੱਲ ਕਰਦੇ ਆ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਵੀ ਅਸੀਂ ਕਿੱਦਾਂ ਦੇ ਸਮਾਜ ਦਾ ਹਿੱਸਾ ਬਣ ਗਏ ਅੱਜ ਇੱਕ ਇਨਸਾਨ ਇਸ ਤਰ੍ਹਾਂ ਦੀ ਜਿੰਦਗੀ ਚ ਆ ਵੀ ਉਹਨੂੰ ਬਾਈ ਰਾਤਾ ਵੀ ਕੋਈ ਬੁਲਾਉਣ ਵਾਲਾ ਨੀ ਹੈਗਾ ਪੁੱਛਣ ਵਾਲਾ ਹੀ ਨੀ ਹੈਗਾ ਘਰ ਘੱਟੋ ਘੱਟ ਢਾਈ ਢਾਈ ਤਿੰਨ ਤਿੰਨ ਫੁੱਟ ਨੀਵਾਂ ਹੋ ਗਿਆ ਹਨਾ ਜਦੋਂ ਮੀਂਹ ਆਉਂਦਾ ਆ ਕਮਰੇ ਚ ਤਾਂ ਪਾਣੀ ਭਰ ਜਾਂਦਾ ਪਰ ਹਰੇਕ ਕਮਰੇ ਚ ਇੱਕ ਵਰਦੀ ਜ਼ਰੂਰ ਕਾਲੇ ਦੀ ਲਟਕ ਰਹੀ ਆ ਹਨਾ ਸਾਰੇ ਕਮਰਿਆਂ ਦੇ ਵਿੱਚ ਯੂਨੀਫਾਰਮ ਕਾਲੇ ਦੀਆਂ ਲਟਕ ਰਹੀਆਂ ਤੇ ਇਸ ਥੱਲੇ ਤੁਸੀਂ ਦੇਖੋਗੇ ਆ ਮਿੱਟੀ ਜਿਹੜੀ ਜੰਮੀ ਹੋਈ ਆ ਨਾ ਇਹ ਪਾਣੀ ਭਰ ਜਾਂਦਾ ਤੇ ਪੰਜ ਚਾਰ ਚਾਰ ਤਿੰਨ ਤਿੰਨ ਚਾਰ ਚਾਰ ਫੁੱਟ ਤਾਂ ਭਰਤ ਪੈਣ ਵਾਲਾ ਇਸ ਘਰ ਚ ਆਲੇ ਦੁਆਲੇ ਦੀਆਂ ਕੋਠੀਆਂ ਆਲੇ ਦੁਆਲੇ ਦੇ ਸਾਰੇ ਘਰ ਆ ਜਿਹੜੇ ਉਹ ਉੱਚੇ ਹੋ ਚੁੱਕੇ ਆ ਤੇ ਬਸ ਆ ਕਾਲੇ ਦਾ ਇੱਕ ਘਰ ਆ ਜਿਹੜਾ ਨੀਵਾਂ ਹੋ ਗਿਆ ਤੇ ਅੱਜ ਕਾਲੇ ਵੀਰ ਦੀ ਜਿਹੜੀ ਯੂਨੀਫਾਰਮ ਆ ਗੁਰਕਮਲ ਸਿੰਘ ਗੁਰਕਮਲਪ੍ਰੀਤ ਸਿੰਘ ਗੁਰਕਮਲਪ੍ਰੀਤ ਸਿੰਘ ਆ ਵੀਰੇ ਦਾ ਨਾਮ ਪੂਰਾ ਤੇ ਇਹ 899 ਬੈਲਟ ਨੰਬਰ ਆ ਜੀ ਮੇਰਾ ਖੰਨੇ ਦਾ 899 ਤੇ ਬਸ ਅਰਦਾਸ ਕਰਿਓ ਕਾਲਾ ਬਾਈ ਦੁਬਾਰਾ ਡਿਊਟੀ ਜੁਆਇਨ ਕਰ ਸਕੇ ਤੇ ਕਾਲੇ ਬਾਈ ਦੀ ਜ਼ਿੰਦਗੀ ਤੋਂ ਸੇਧ ਵੀ ਜ਼ਰੂਰ ਲਿਓ ਸਾਰੇ ਜਾਣੇ ਕਾਲੇ ਬਾਈ ਨੇ ਅੱਜ ਜਿਹੜੀ ਇਹ ਤੁਹਾਡੇ ਨਾਲ ਸਾਂਝ ਪਾਈ ਹੈ ਨਾ ਆਪਣੇ ਬਾਰੇ ਚ ਵੀਰੇ ਨੇ ਜਿਹੜਾ ਦੱਸਿਆ ਬਿਆਨ ਕੀਤਾ ਇਹ ਸ਼ਾਇਦ ਹੋਰ ਬਹੁਤ ਸਾਰੇ ਕਾਲੇ ਵਰਗੇ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਚੰਗਾ ਕੁਛ ਚੰਗਾ ਹੋਣ ਦੀ ਉਮੀਦ ਲੈ ਕੇ ਆਵੇ ਕਾਲੇ ਬਾਈ ਦੀ ਜ਼ਿੰਦਗੀ ਚ ਜੋ ਹੋਇਆ ਇਸ ਤੋਂ ਵੱਧ ਮਾੜਾ ਹੋਰ ਹੋ ਵੀ ਨਹੀਂ ਸਕਦਾ ਕੁਛ ਛੋਟੀ ਉਮਰੇ ਮਾਂ ਦਾ ਚਲੇ ਜਾਣਾ ਬਾਪ ਦਾ ਚਲੇ ਜਾਣਾ ਭਰਾ ਦਾ ਵੀ ਚਲੇ ਜਾਣਾ ਜੇਲ ਲੰਬੇ ਸਮੇਂ ਲਈ ਕੱਲਾ ਗੱਭਰੂ ਨੌਜਵਾਨ ਹਨਾ ਫਿਰ ਪੰਜਾਬ ਪੁਲਿਸ ਚ ਭਰਤੀ ਹੋਇਆ ਹੋਇਆ ਸਪੋਰਟਸ ਕੋਟੇ ਚ ਤਨਖਾਹ ਆਉਂਦੀ ਸੀ ਪਤਾ ਨਹੀਂ ਸੀ ਲੱਗਦਾ ਅੱਲੜ ਉਮਰ ਸੀ ਵੀ ਮੈਂ ਕਿੱਦਾਂ ਵਰਤਣੀ ਆ ਕੀ ਕਰਨਾ ਕਿਹੜੇ ਲੋਕ ਚੰਗੇ ਆ ਕਿਹੜੇ ਮਾੜੇ ਆ ਉਹ ਚੀਜ਼ਾਂ ਦੀ ਫਿਰ ਪਾਵਰ ਵਰਦੀ ਦੀ ਇੱਕ ਆਪਣੇ ਆਪ ਚ ਮਤਲਬ ਇਨਸਾਨ ਨੂੰ ਹੋਰ ਤਰ੍ਹਾਂ ਮਹਿਸੂਸ ਕਰਾਉਂਦੀ ਆ ਉਹ ਸਾਰੀਆਂ ਚੀਜ਼ਾਂ ਕਾਲੇ ਨੇ ਆਪਣੇ ਸਰੀਰ ਦੇ ਉੱਤੇ ਆਪਣੇ ਦਿਲੋ ਦਿਮਾਗ ਤੇ ਹੰਡਾਈਆਂ ਤੇ ਜਿਨ੍ਹਾਂ ਦੇ ਪ੍ਰਭਾਵ ਅੱਜ ਕਾਲੇ ਬਾਈ ਦੀ ਜ਼ਿੰਦਗੀ ਦੇ ਵਿੱਚ ਨਜ਼ਰ ਆ ਰਹੇ ਨੇ ਘਰ ਦੇ ਵਿੱਚ ਕੌਲੀ ਚਮਚਾ ਵੀ ਨਹੀਂ ਬਚਿਆ ਹੋਇਆ ਹੈਗਾ ਤੇ ਘਰ ਦੇ ਵਿੱਚ ਪੇਟੀ ਅਲਮਾਰੀ ਵੀ ਨਹੀਂ ਬਚੀ ਹੋਈ ਹੈਗੀ ਘਰ ਦੇ ਵਿੱਚ ਕੁਰਸੀ ਪਾਣੀ ਵੀ ਪਾਣੀ ਕੁਛ ਨੀ ਬਚਿਆ ਹੋਇਆ ਅੱਜ ਬਾਈ ਦੱਸਦਾ ਪਾਣੀ ਦੀ ਬੋਤਲ ਵੀ ਬਾਈ ਸਾਹਮਣੇ ਘਰੋਂ ਭਰ ਕੇ ਲੈ ਕੇ ਆਇਆ ਹੁਣ ਜਦੋਂ ਅਸੀਂ ਆਏ ਸੀ ਨਾ ਉਧਰੋਂ ਜਾ ਕੇ ਸਾਹਮਣੇ ਕੋਠੀ ਪੈਂਦੇ ਡਾਕਟਰ ਸਾਹਿਬ ਦੀ ਡੈਂਟਿਸਟ ਨੇ ਡਾਕਟਰ ਸਾਹਿਬ ਨਾ ਹੈਗਾ ਰੂਬਲ ਡਾਕਟਰ ਬੜੇ ਚੰਗੇ ਨੇ ਵਿਚਾਰੇ ਉਹਨਾਂ ਨੇ ਵੀ ਸਾਨੂੰ ਆ ਕੇ ਸਪੋਰਟ ਕੀਤੀ ਪਰ ਗੱਲ ਅੱਜ ਦੇ ਸਮਾਜ ਦੀ ਇਹ ਹੈ ਵੀ ਹੱਥ ਵਧਾਉਣ ਦੀ ਅੱਗੇ ਕਿਸੇ ਕੋਲ ਸਮਾਂ ਹੀ ਹੈ ਨਹੀਂ ਇੱਕ ਵਾਰੀ ਹਾਏ ਹੈਲੋ ਕਰਨ ਵਾਲਾ ਤਾਂ ਮਤਲਬ ਹੈਗਾ ਪਰ ਵਕਤ ਨਹੀਂ ਹੈਗਾ ਸਾਡੇ ਕੋਲ ਤੇ ਸਾਡੀ ਵੀ ਇੰਨੀ ਔਕਾਤ ਨਹੀਂ ਸੀ ਵੀ ਅਸੀਂ ਕਾਲੇ ਵੀਰ ਨੂੰ ਆਪਦੇ ਘਰੇ ਲਿਜਾ ਕੇ ਰੱਖ ਲਈਏ ਇਹ ਵੀ ਉਹਦੀ ਬਣਾ ਕੇ ਦਿੱਤੀ ਹੋਈ ਇੱਕ ਸੱਚੇ ਪਾਤਸ਼ਾਹ ਮਹਾਰਾਜ ਦੀ ਉਹ ਸੁਪਨਿਆਂ ਦੇ ਘਰ ਦੀ ਇੱਕ ਸਾਡੀ ਸਵਰਗਾਂ ਵਰਗੀ ਜ਼ਿੰਦਗੀ ਹੈ ਜਿਹਦੇ ਵਿੱਚ ਕਾਲਾ ਵੀਰਾ ਵੀ ਜਾ ਕੇ ਹੁਣ ਸਾਡੇ ਨਾਲ ਰਹੂਗਾ ਤੇ ਪੋਜ਼ਿਟਿਵ ਆਪਣੇ ਆਪ ਨੂੰ ਵੀ ਪੋਜ਼ਿਟਿਵ ਰੱਖੋ
ਇਸ ਸਟੋਰੀ ਨੂੰ ਪੋਜ਼ਿਟਿਵ ਵੇ ਨਾਲ ਲਵੋ ਤੇ ਦੂਸਰਾ ਇਹਨਾਂ ਦਾ ਕੋਈ ਵੀ ਭੈਣ ਭਰਾ ਰਿਸ਼ਤੇਦਾਰ ਜਿਹੜਾ ਕੋਈ ਸਾਡੀ ਇਸ ਵੀਡੀਓ ਨੂੰ ਦੇਖਦਾ ਭਰਾਵੋ ਹੱਥ ਜੋੜ ਕੇ ਬੇਨਤੀ ਆ ਮੇਲੇ ਗੇਲੇ ਜ਼ਿੰਦਗੀ ਦੇ ਵਿੱਚ ਇਹੀ ਆ ਹੋਰ ਕੁਛ ਨਹੀਂ ਬਾਈ ਲੈਣਾ ਕਿਸੇ ਨੇ ਕਿਸੇ ਤੋਂ ਤੁਸੀਂ ਆਪਦੇ ਘਰੇ ਹੋ ਇਹ ਆਪਦੇ ਘਰੇ ਚਾਹੇ ਮਾੜਾ ਸੀ ਚੰਗਾ ਸੀ ਚੱਲੀ ਜਾਂਦਾ ਸੀ ਸਮਾਂ ਪਰ ਜੇ ਤੁਸੀਂ ਸਾਥ ਦਿਓ ਗੁਰਮੀਤ ਬਾਈ ਸੋਰੀ ਤੋਂ ਟੋੜਿਆ ਵੀ ਆਪਦਾ ਸਾਰਿਆਂ ਨਾਲ ਚੰਗਾ ਯਾਰ ਨਾ ਜਿਵੇਂ ਸਾਰਿਆਂ ਨਾਲ ਪੁਰਾਣਾ ਯਾਰ ਸੀ ਮੇਰਾ ਮੁੰਡਾ ਹੀ ਮੇਰਾ ਇੱਥੇ ਫਿਰ ਕਬੂਤਰ ਸੀ ਉਹਦੇ ਕੋਲ ਜਾ ਕੇ ਆਇਆ ਸ਼ਾਇਦ ਜੀ ਤੁਹਾਨੂੰ ਦੱਸੂਗਾ ਮੇਰੇ ਬਾਰੇ ਵੀ ਕੀ ਯਾਰੀ ਸੀ ਮੇਰੀ ਉਹਦਾ ਓਕੇ ਉਹਦੇ ਨਾਲ ਮੈਂ ਬੜਾ ਗੱਲੋਂ ਗੁੱਸੇ ਹੋ ਗਿਆ ਦੇਖ ਲਓ ਜਦੋਂ ਸੱਚਾ ਫਿਰ ਨਾਲ ਦਾ ਬਰਾਬਰ ਕਈ ਵਾਰੀ ਸੱਚ ਬੋਲ ਪੈਂਦਾ ਨਾ ਉਹ ਕਈ ਵਾਰੀ ਫਿਰ ਮਨ ਨੂੰ ਚੁੱਕਦਾ ਬਾਈ ਪਰਮੋ ਨੂੰ ਬਾਈ ਨੂੰ ਉਹਨੇ ਵੀ ਹਾਕੀ ਦੇ ਵਿਚ ਮੈਡਲ ਜਿੱਤੇ ਹੋਏ ਸੀ ਬਾਈ ਨੇ ਪਰ ਇੰਨਾ ਪੜ੍ਹਿਆ ਲਿਖਿਆ ਵੀ ਸੀ ਪੱਲੇਦਾਰੀ ਕਰਦਾ ਸੀ ਬੋਰੀਆਂ ਢੋਂਦਾ ਸੀ ਤੇ ਉਹਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਨੌਕਰੀ ਦਿੱਤੀ ਆਪ ਆਪਣੇ ਹੱਥਾਂ ਦੇ ਨਾਲ ਉਹਨੂੰ ਜੋਬ ਆਫਰ ਲੈਟਰ ਦਿੱਤੀ ਜੋਬ ਦਾ ਤੇ ਅੱਜ ਉਹ ਬੰਦਾ ਜੈਤੋਂ ਡਿਊਟੀ ਕਰ ਰਿਹਾ ਉਹ ਬਾਈ ਦਾ ਦੋਸਤ ਆ ਉਹਨੇ ਬਾਈ ਨੇ ਰਾਤ ਆ ਕੇ ਇਹਨੂੰ ਬਹੁਤ ਲੰਬਾ ਇਹਦੀ ਕੌਂਸਲਿੰਗ ਵੀ ਕੀਤੀ ਸਾਨੂੰ ਵੀ ਉਹਨੇ ਬਾਈ ਨੇ ਰਾਤ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਤੇ ਜਿਹਦੇ ਸਦਕਾ ਅਸੀਂ ਅੱਜ ਫਰੀਦਕੋਟ ਸ਼ਹਿਰ ਚ ਖੜੇ ਆ ਹਰਿੰਦਰ ਨਗਰ ਚ ਤੇ ਹੁਣ ਕਾਲੇ ਬਾਈ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਆ ਤੇ ਕਾਲੇ ਬਾਈ ਦੇ ਮੈਡਲ ਬਾਈ ਕਹਿੰਦਾ ਮੈਂ ਇਹਨਾਂ ਮੈਡਲਾਂ ਨੂੰ ਦੇਖ ਦੇਖ ਕੇ ਝੁਰੀ ਜਾਂਦਾ ਰਹਿੰਦਾ ਅੱਛਾ ਉਹ ਬਾਈ ਆਹ ਬਾਈ ਉਹ ਪਰਮਾ ਜਿਹਦੀ ਗੱਲ ਕਰਦਾ ਬਾਈ ਪਰਮਜੀਤ ਸਿੰਘ ਇਹ ਮੁੱਖ ਮੰਤਰੀ ਪੰਜਾਬ ਨੇ ਇਹਨੂੰ ਵੀਰ ਨੂੰ ਸਿਲੈਕਟ ਕੀਤਾ ਸੀਗਾ ਇਹ ਬਾਈ ਫਰੀਦਕੋਟ ਜ਼ਿਲ੍ਹੇ ਦੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਜੋ ਕਿ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਹੋਣ ਤੇ ਯਾਨੀ ਕਿ ਇੱਕ ਮਾੜੀ ਜ਼ਿੰਦਗੀ ਬਤੀਤ ਕਰਦਾ ਸੀ ਵਿਚਾਰਾ ਤੇ ਪਰ ਹੁਣ ਉਹਨੂੰ ਕਹਿੰਦੇ ਮੁੱਖ ਮੰਤਰੀ ਨੇ ਨੌਕਰੀ ਦਿੱਤੀ ਆ ਗੁਰਪ੍ਰੀਤ ਬਾਈ ਸੋਰੀ ਤੁਹਾਨੂੰ ਉਹ ਵੀ ਦੱਸਣਾ ਚਾਹੁੰਦਾ ਬਾਈ ਐਚ ਆਈ ਵੀ ਪੋਜ਼ਿਟਿਵ ਆ ਬਈ ਤੂੰ ਬਸ ਦੀ ਗੱਲ ਆ ਕੋਈ ਗੱਲ ਨਹੀਂ ਉਹ ਚੀਜ਼ ਦੀ ਬਾਲੀ ਬੁੱਧੀ ਨਹੀਂ ਹੁੰਦੀ ਮੈਂ 3 ਮਹੀਨੇ ਹੋ ਗਏ ਮੈਨੂੰ ਇਸ ਚੀਜ਼ ਦਾ ਪਤਾ ਲੱਗੇ ਨੂੰ ਪਰ ਦਵਾਈ ਨਹੀਂ ਲੈ ਰਿਹਾ ਬਿਨਾਂ ਗੱਲ ਹਰ ਇੱਕ ਚੀਜ਼ ਦਾ ਹੱਲ ਆ ਕਾਲੇ ਲਵਾਂ ਦਵਾਈ ਮੇਰਾ ਭਰਾ ਮੇਰੀ ਸੁਣ ਲੱਗ ਗੱਲ ਦੱਸਾਂਗੇ ਕਿਸੇ ਨੂੰ ਬਈ ਫੇਰ ਹੀ ਮੇਰੀ ਹੁਣ ਇੱਕ ਗੱਲ ਧਿਆਨ ਨਾਲ ਸੁਣ ਲੈ ਤੂੰ ਸਾਨੂੰ ਦੱਸਦਾ ਨਾ ਸਾਡੇ ਕੋਲੇ 5-6 ਮੈਂਬਰ ਏਦਾਂ ਦੇ ਹੈਗੇ ਨੇ ਵੀਰੇ ਜਿਹੜੇ ਬਿਲਕੁਲ ਠੀਕ ਨੇ 10-10 ਸਾਲਾਂ ਤੋਂ ਕੋਈ ਸਮੱਸਿਆ ਹੀ ਨਹੀਂ ਯਾਰ ਬਾਈ ਉਹੀ ਤਾਂ ਹੈ ਪਰ ਤੂੰ ਮੇਰਾ ਭਰਾ ਵੀ ਪੋਜ਼ਿਟਿਵ ਆਪਣੇ ਆਪ ਨੂੰ ਪੋਜ਼ਿਟਿਵ ਰੱਖ ਯਾਰ ਠੀਕ ਆ ਪੋਜ਼ਿਟਿਵ ਰੱਖ ਕੇ ਚੱਲ ਮੇਰਾ ਭਰਾ ਟੈਨਸ਼ਨ ਨਾ ਲੈ ਤੂੰ ਠੀਕ ਆ ਜਿਹੜੀਆਂ ਗਲਤੀਆਂ ਹੋਈਆਂ ਉਹ ਗਲਤੀਆਂ ਨੂੰ ਤੂੰ ਅਕਸੈਪਟ ਕਰ ਰਿਹਾ ਇਹੀ ਵੱਡੀ ਗੱਲ ਆ ਜਿਵੇਂ ਇੰਜੈਕਸ਼ਨ ਵਗੈਰਾ ਲਾਉਣ ਨਾਲ ਸੂਈਆਂ ਇੱਕ ਦੂਜੇ ਨਾਲ ਜਦੋਂ ਆਪਾਂ ਬਦਲਦੇ ਆ ਨਾ ਉੱਥੋਂ ਗਾਂ ਦੀ ਗਾਂ ਬਿਮਾਰੀ ਫੈਲ ਰਹੀ ਆ ਬਾਈ ਇਹ ਬਹੁਤ ਜ਼ਿਆਦਾ ਫੈਲ ਰਹੀ ਆ ਕੱਲਾ ਤੂੰ ਨਹੀਂ ਇਹਦਾ ਸ਼ਿਕਾਰ ਹੈਗਾ ਬਹੁਤ ਸਾਰੇ ਲੋਕ ਨੇ ਤੁਸੀਂ ਦੇਖਿਆ ਨਾ ਕੀ ਕੁਛ ਕਰ ਰਹੇ ਪਰ ਹੁਣ ਜਦੋਂ ਜੱਗ ਉਦੋਂ ਹੀ ਸਵੇਰਾ ਜੇ ਤੈਨੂੰ ਅੱਜ ਵੀ ਸਮਝ ਆ ਗਈ ਆ ਨਾ ਅੱਜ ਵੀ ਤੂੰ ਕਿਤੇ ਆਪਣਾ ਜੀਵਨ ਲੇਖੇ ਲਾ ਸਕਦਾ ਕਿਸੇ ਹੋਰ ਦੇ ਲੇਖੇ ਕਿਸੇ ਹੋਰ ਦੀ ਜ਼ਿੰਦਗੀ ਦੀ ਖੁਸ਼ੀਆਂ ਭਰ ਸਕਦਾ ਸਹੀ ਗੱਲ ਆ ਯਾਰ ਜਿਹੜੀ ਉਹ ਚੀਜ਼ ਆ ਮੈਂ ਇਹ ਸੋਚਦਾ ਹੁੰਦਾ ਬਈ ਕਈ ਵਾਰੀ ਵੀ ਅੰਦਰ ਅੰਦਰ ਬੈਠ ਕੇ ਝੁਰੀ ਜਾਂਦਾ ਉਹਨਾਂ ਮੈਡਲ ਦੇ ਤੇ ਕੀ ਫਾਇਦਾ ਕੀ ਫਾਇਦਾ ਉਹਦਾ ਬਈ ਪੁਰਾਣੀਆਂ ਜ਼ਿੰਦਗੀ ਤੇਰੇ ਕੋਲੇ ਮੌਕਾ ਤੈਨੂੰ ਵਰਦੀ ਮਿਲੀ ਆ ਤੈਨੂੰ ਚੰਗੇ ਅਫਸਰ ਮਿਲੇ ਜਿਹਨਾਂ ਨੇ ਹਜੇ ਤੱਕ ਤੈਨੂੰ ਬਰਖਾਸਤ ਡਿਸਮਿਸ ਨਹੀਂ ਕੀਤਾ ਉਹੀ ਤਾਂ ਹਨਾ ਤੈਨੂੰ ਅੱਜ ਵੀ ਉਹ ਕਹਿੰਦੇ ਵੀ ਆ ਕੇ ਡਿਊਟੀ ਜੁਆਇਨ ਕਰ ਲਾ ਤੂੰ ਹਨਾ ਕਹਿੰਦੇ ਨੇ ਬਈ ਦੇ ਲੋ ਗੁਰਪ੍ਰੀਤ ਬਈ ਆ ਤੂੰ ਇੱਥੇ ਤੈਨੂੰ ਪ੍ਰੋਬਲਮ ਹੀ ਕੋਈ ਨਹੀਂ ਹਾਂ ਤੇ ਰੋਟੀ ਦੀ ਹੁੰਦੀ ਆ ਵੀ ਉਹੀ ਆ ਵੀ ਆਪਦਾ ਵੀ ਮਾਈਂਡ ਆ ਜਿਹਾ ਕਰੀ ਬੈਠਾ ਨਹੀਂ ਨਹੀਂ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਡਿਊਟੀ ਤੇ ਆਪਾਂ ਜਾਵੜੀਏ ਵਧੀਆ ਬਈ ਸਾਰਾ ਜਾਏਗਾ ਡਿਊਟੀ ਤੇ ਤੂੰ ਕਿਉਂ ਫਿਕਰ ਕਰਦਾ ਆਪਾਂ ਹੁਣ ਡਿਊਟੀ ਸ਼ੁਰੂ ਕਰਾਂਗੇ ਹਾਂਜੀ ਥੋੜੇ ਦਿਨਾਂ ਦੇ ਵਿੱਚ ਹੀ ਨਾ ਪੋਜ਼ਿਟਿਵ ਹੋ ਕੇ ਨਾਰਮਲ ਬੰਦਾ ਬਣ ਕੇ ਡਿਊਟੀ ਕਰਨੀ ਹੈ ਤੂੰ ਜਮਾ ਨਾਰਮਲ ਠੀਕ ਆ ਹਾਂਜੀ ਹਾਂਜੀ ਬਸ ਜੀ ਇਹੀ ਸਾਡੀ ਬੇਨਤੀ ਆ ਆਪਣੇ ਆਸ ਪਾਸ ਝਾਤ ਮਾਰਿਆ ਕਰੋ ਜ਼ਰੂਰ ਕੋਈ ਏਦਾਂ ਦਾ ਵੀਰ ਕਿਤੇ ਅਣਗੌਲਿਆ ਹੀ ਨਾ ਰਹਿ ਜਾਵੇ ਜਿਵੇਂ ਅੱਜ ਰਣਜੀਤ ਵੀਰੇ ਉਹਨਾਂ ਨੇ ਉਪਰਾਲਾ ਕੀਤਾ ਤਾਂ ਗਰਮ ਪਿਆ ਬਹੁਤ ਜ਼ਿਆਦਾ ਬਹੁਤ ਗਰਮ ਆ ਤੇ ਉੱਬਲਦਾ ਪਾਣੀ ਆ ਤੇ ਰਣਜੀਤ ਵੀਰੇ ਉਹਨਾਂ ਨੇ ਜਿਵੇਂ ਹਨਾ ਅੱਜ ਪਰਮਜੀਤ ਵੀਰੇ ਉਹਨਾਂ ਨੇ ਸਾਨੂੰ ਦੱਸਿਆ ਪਰ ਅਸਾਈ ਰਣਜੀਤ ਵੀਰੇ ਉਹਨਾਂ ਨੇ ਡਿਊਟੀ ਲਾਈ ਇਹ ਵੀਰੇ ਹੁਣੀ ਤੁਰੰਤ ਵੀਰੇ ਤੁਹਾਡਾ ਕਿੰਨਾ ਪ੍ਰਗਟ ਇਹ ਵੀਰ ਹੁਣੀ ਸਾਡੀ ਟੀਮ ਦੇ ਮੈਂਬਰ ਨੇ ਇੱਥੋਂ ਫਰੀਦਕੋਟ ਤੋਂ ਫਿਰ ਅੱਗੋਂ ਵੀਰੇ ਹੁਣਿਆਂ ਦੇ ਨਾਲ ਲਿੰਕ ਸੀ ਇਹਨਾਂ ਦੇ ਵੀਰੇ ਹੁਣੀ ਵੀਰੇ ਕਿੰਨਾ ਤੁਹਾਡਾ ਜਸਵਿੰਦਰ ਤੁਹਾਡਾ ਵੀਰੇ ਹਰਪਾਲ ਸਿੰਘ ਤੁਹਾਡਾ ਨਾਂ ਜੀ ਰਵੀ ਤੁਹਾਡਾ ਵੀਰੇ ਗੁਰਪ੍ਰੀਤ ਵੀਰੇ ਤੁਹਾਡਾ ਬਾਈ ਜੀ ਜਲੌਰ ਸਿੰਘ ਇਹ ਸਾਰੇ ਵੀਰ ਹਨਾ ਸਾਡੇ ਨਾਲ ਆ ਕੇ ਖੜੇ ਤੇ ਅਸੀਂ ਕਾਲੇ ਵੀਰ ਦੀ ਅੱਜ ਇਹ ਜਿਹੜੀ ਸਾਂਝ ਤੁਹਾਡੇ ਨਾਲ ਪਵਾ ਸਕੇ ਵੀਡੀਓ ਨੂੰ ਸ਼ੇਅਰ ਕਰਿਓ
ਕੋਈ ਹੋਰ ਕਾਲੇ ਵੀਰ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਨਾ ਹੋਵੇ, ਉਹਦਾ ਸਾਥ ਦੇਈਏ। ਅੱਜ ਇਹ ਸਾਰੇ ਮੈਡਲ, ਇਹ ਸਾਰੀਆਂ ਤਸਵੀਰਾਂ, ਇਹ ਸਾਰੇ ਮੈਂ ਨਹੀਂ ਬਦਲ ਕੇ, ਕਿਉਂਕਿ ਘਰ ਦੇ ਦੋ ਮੇਨ ਮੈਂਬਰ ਇਸ ਦੁਨੀਆਂ ਤੋਂ ਚਲੇ ਗਏ ਬਾਈ, ਤੇ ਇੱਕ ਇਤਫਾਕ ਏਡਾ ਵੱਡਾ ਵੀ ਬਾਪੂ ਜਗਦੇਵ ਸਿੰਘ ਜੀ ਦੀ ਅੱਜ ਹੀ ਬਰਸੀ ਆ। ਤੇ ਵੀਰ ਕਾਲਾ ਵੀਰਾ ਕਹਿੰਦਾ ਬਾਈ ਮੇਰੇ ਕੋਲ ਅੱਜ ਇੰਨੀ ਕੁ ਵੀ ਹਿੰਮਤ ਨਹੀਂ ਵੀ ਮੈਂ ਕਿਸੇ ਨੂੰ ਮਾਂ ਆਪਦੇ ਬਾਪ ਦੀ ਯਾਦ ਚ ਪ੍ਰਸ਼ਾਦਾ ਵੀ ਛਕਾ ਸਕਾਂ, ਵੀ ਮੈਂ ਤਾਂ ਖੁਦ ਗੁਰਦੁਆਰਾ ਸਾਹਿਬ ਛਕ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਲਤੀਆਂ ਦਾ ਅਹਿਸਾਸ ਹੋ ਰਿਹਾ ਬਾਈ, ਇਹੀ ਵੱਡੀ ਗੱਲ ਆ ਤੈਨੂੰ। ਹਾਂਜੀ ਹਾਂਜੀ। ਤੇ ਮੰਦਾ ਉਹੀ ਆ ਬਾਈ ਜਿਹੜਾ ਆਪਣੀ ਗਲਤੀ ਮੰਨੇ। ਕਹਿੰਦੇ ਗਲਤੀ ਮੰਨਣੀ ਬਹੁਤ ਔਖੀ ਹੈ ਬਾਈ, ਕਰਨੀ ਤਾਂ ਸੌਖੀ ਹੈ, ਮੰਨਣੀ ਬਹੁਤ ਔਖੀ। ਤੂੰ ਮੰਨ ਰਿਹਾ ਨਾ ਵੱਡਾ ਦਿਲ ਕਰਕੇ, ਤੇਰੀ ਪਰਮਾਤਮਾ ਨੇ ਹੈਲਪ ਕਰਨੀ ਆਪਣੇ ਆਪ ਹੀ, ਉਹਨੇ ਸਾਨੂੰ ਡਿਊਟੀ ਲਾ ਕੇ ਭੇਜਿਆ ਇੱਥੇ। ਕਾਲੇ ਬਾਈ ਅਸੀਂ ਕਿਸੇ ਦੇ ਘਰੇ ਕੋਈ ਵੜਦਾ ਹੈ, ਸਾਨੂੰ ਕੀ ਪਤਾ ਅਸੀਂ ਲੁਧਿਆਣੇ ਤੋਂ ਆਏ ਹਾਂ, ਫਰੀਦਕੋਟ ਰਹਿ ਰਹੇ ਹਾਂ ਬਾਈ, ਹੈ ਨਾ। ਆ ਬਾਈ ਹੁਣੀ ਰਾਤ ਤੇਰੇ ਕੋ ਆ ਕੇ ਗਏ ਆ, ਮਤਲਬ ਕਾਰਨ ਬਣਦਾ ਇਨਸਾਨ, ਅਸੀਂ ਤਾਂ ਕਿਸੇ ਦਾ ਕਾਰਨ ਬਣਨਾ, ਤੇਰੀ ਜ਼ਿੰਦਗੀ ਨੂੰ ਦੇਖ ਕੇ ਪਤਾ ਨੀ ਕਿੰਨਿਆਂ ਦੀ ਜ਼ਿੰਦਗੀ ਸੁਧਾਰ ਆ ਜਾਣਾ। ਸਹੀ ਗੱਲ, ਠੀਕ ਹੈ ਬਾਈ। ਤੇ ਤੂੰ ਤਕੜਾ ਹੋ, ਚੱਲ ਆਪਣੇ ਨਾਲ ਨੂੰ ਜਿੰਦਾ ਲਾ ਘਰ ਨੂੰ, ਚੱਲੀਏ ਆਪਾਂ। ਹਾਂਜੀ ਠੀਕ ਆ, ਭਾਵ ਭਾਵੇ ਚ ਵਰਦੀ ਕੋਈ ਗੱਲ ਨੀ, ਚੱਲ ਫਿਰ ਚੱਲੀਏ ਘਰ ਦੇ ਬੰਦ ਪੁੱਛ ਚੱਲੀਏ। ਮਾਈ ਤੇ ਬਾਈ।